ਸਤਿਕਾਰ ਜੀ ਸਾਰਿਆਂ ਨੂੰ ਸੋ ਜੀ ਇੱਕ ਵਾਰ ਫਿਰ ਤੋਂ ਨਿਊਜ਼ ਹੈਗੀ ਆ ਜੀ ਸਾਰਿਆਂ ਲਈ ਮੇਰੇ ਫਰੈਂਡਸ ਲਈ ਉਹਨਾਂ ਲਈ ਜਿਹੜੇ ਮੈਨੂੰ ਮੈਸੇਜ ਕਰ ਰਹੇ ਨੇ ਆਲਰੇਡੀ ਕਿ ਮੈਮ ਤੁਸੀਂ ਨਿਊ ਗਰੁੱਪ ਹੈਗਾ ਜਿਹੜਾ ਕਦੋਂ ਸ਼ੁਰੂ ਕਰ ਰਹੇ ਹੋ ਓਕੇ ਜੀ ਸੋ ਆਪਾਂ ਸਾਰੇ ਹੀ ਫੈਮਿਲੀ ਦੇ ਮੈਂਬਰ ਹੈਗੇ ਆ ਪ੍ਰੀਤ ਕਲਾਸਿਸ ਦੇ ਜੋ ਤੁਸੀਂ ਮੈਨੂੰ YouTube ਤੇ ਵੀ ਆਲਰੇਡੀ ਮੈਨੂੰ ਫੋਲੋ ਕਰ ਰਹੇ ਹੈਗੇ ਹੋ ਤੁਸੀਂ ਸੋ ਹੁਣ ਜੀ ਇਸ ਮੰਥ ਸਾਡਾ ਇੱਕ ਨਿਊ ਗਰੁੱਪ ਹੈਗਾ ਆ ਜਿਹੜਾ ਸ਼ੁਰੂ ਹੋਣਾ ਹੈਗਾ ਆ ਸੋ ਉਸ ਦੇ ਲਈ ਰਜਿਸਟ੍ਰੇਸ਼ਨਸ ਹੈਗੇ ਆ ਜਿਹੜੀ ਅੱਜ ਤੋਂ ਹੀ ਸ਼ੁਰੂ ਹੋ ਗਈਆਂ ਨੇ ਓਕੇ ਜੀ ਸੋ ਇੱਕ ਲਿਮਿਟਿਡ ਦੇ ਡੇਟ ਤੱਕ ਰਜਿਸਟ੍ਰੇਸ਼ਨ ਰਹਿਣ ਗਿਆ ਸੋ ਪਲੀਜ਼ ਜਿਹੜੇ ਵੀ ਮੇਰੇ ਬ੍ਰਦਰ ਸਿਸਟਰ ਹੈਗੇ ਆ ਜਿਹੜਾ ਇਟਾਲੀਅਨ ਲੈਂਗੁਏਜ ਦੇ ਲਈ ਆਨਲਾਈਨ ਕਲਾਸਿਸ ਲੈਣ ਦੇ ਲਈ ਇੰਟਰਸਟਿਡ ਹੈਗੇ ਆ ਜਾਂ ਫਿਰ ਕਿਸੇ ਨੂੰ ਆਪਣੇ ਦੋ ਸਤ ਮਿੱਤਰ ਨੂੰ ਜਾਣਦੇ ਆ ਜਿਹੜਾ ਇਟਾਲੀਅਨ ਸਿੱਖਣਾ ਚਾਹੁੰਦਾ ਆ ਹਨਾ ਜਾਂ ਫਿਰ ਕਿਨਾਂ ਦੀ ਫੈਮਿਲੀ ਜੋ ਇੰਡੀਆ ਤੋਂ ਹੁਣੇ ਆਏ ਆ ਬੱਚੇ ਛੋਟੇ ਆ ਜਾਂ ਜਿੱਦਾਂ ਕੀ ਫੈਮਿਲੀ ਦੇ ਵਿੱਚ ਕੀ ਹੁੰਦਾ ਆ ਕਿ ਜਿੱਦਾਂ ਲੇਡੀਜ਼ ਹੁੰਦੀਆਂ ਹਨਾ ਤੇ ਅੰਦਰ ਬਾਹਰ ਦਾ ਕੰਮ ਨਹੀਂ ਕਰ ਪਾਉਂਦੀਆਂ ਬਿਕੋਜ਼ ਕਿ ਉਹਨਾਂ ਨੂੰ ਲੈਂਗੁਏਜ ਪ੍ਰੋਬਲਮ ਹੁੰਦੀ ਆ ਸੋ ਕੋਈ ਵੀ ਮੇਰਾ ਇਦਾਂ ਦਾ ਬ੍ਰਦਰ ਸਿਸਟਰ ਕੋਈ ਵੀ ਹੋਵੇ ਸੋ ਉਹ ਆਨਲਾਈਨ ਕਲਾਸਿਸ ਲੈਣਾ ਚਾਹੁੰਦਾ ਹੋਵੇ ਸੋ ਮੇਰਾ ਨੰਬਰ ਹੈਗਾ ਜੀ ਇੱਥੇ ਕੰਟੈਕਟ ਨੰਬਰ ਦਿੱਤਾ ਹੋਇਆ ਮੈਂ ਤੁਹਾਨੂੰ ਸੋ ਪਹਿਲਾਂ ਮੈਂ ਤੁਹਾਨੂੰ ਇੱਕ ਥੋੜਾ ਜਿਹਾ ਹੋਰ ਮੈਂ ਤੁਹਾਨੂੰ ਦੱਸਦਾ ਇਨਫੋਰਮੇਸ਼ਨ classes ਦੀ online classes ਦੀ ਹੈਗੀ ਆ ਇਹਦੇ ਵਿੱਚ ਅਸੀਂ properly grammar course ਕਰਵਾਉਂਦੇ ਹਾਂ okay ਇਟਾਲੀਅਨ language ਦਾ ਸੋ so, main problem ਇੱਥੇ ਕੀ ਹੁੰਦੀ ਆ ਸਾਡੇ ਜਿਹੜੇ ਅਹ ਆਪਣੇ ਜਿਹੜੇ ਲੋਕੀ ਹੈਗੇ ਆ ਆਪਾਂ ਪੰਜਾਬੀ ਲੋਕੀ ਸੋ ਕਾਫ਼ੀ ਜਿੱਦਾਂ ਹੈਗਾ ਆ ਸੁਣ ਕੇ ਦੂਜਿਆਂ ਤੋਂ ਸਿੱਖਦੇ ਹਾਂ ਨਾ ਇਟਾਲੀਅਨ ਸੋ ਇਟਾਲੀਅਨ ਜਿਹੜੀ ਹੈਗੀ ਆ ਸਾਨੂੰ proper ਨਹੀਂ ਆਉਂਦੀ ਸੋ ਸਾਰਿਆਂ ਦੀ ਸ਼ਿਕਾਇਤ ਹੁੰਦੀ ਆ ਕਿ ਮੈਮ ਸਾਨੂੰ properly ਨਹੀਂ ਆਉਂਦੀ ਉਦਾਂ ਮੈਂ ਬੋਲ ਲੈਂਦਾ ਆ ਜਾਂ ਉਦਾਂ ਮੈਂ ਬੋਲ ਲੈਂਦੀ ਆ ਬਟ ਮੈਨੂੰ properly ਨਹੀਂ ਪਤਾ ਲੱਗਦਾ ਕਿ ਮੈਂ ਉਹਦੀ line ਕਿੱਦਾਂ ਬਣਾਵਾਂ phrase ਕਿੱਦਾਂ ਬਣਾਵਾਂ means ਕਿ grammar ਦੀ ਕਮੀ ਹੁੰਦੀ ਆ। ओके okay, so so सो ग्रामर दी कमी ਕਰਕੇ ਉਹਨਾਂ ਨੂੰ ਗ੍ਰਾਮਾਤਿਕਾ ਨਹੀਂ ਆਉਂਦੀ ਤੇ ਇਸ ਕਰਕੇ ਉਹ ਪ੍ਰੋਪਰ ਜਿਹੜੀ ਹੈਗੀ ਲਾਈਨ ਨਹੀਂ ਬਣਾ ਸਕਦੇ ਹਨਾ ਸੋ ਜਿਹੜਾ ਆਪਣਾ ਜਿਹੜਾ ਕੋਰਸ ਹੈਗਾ ਉਸ ਦੇ ਵਿੱਚ ਤੁਹਾਨੂੰ ਸਾਰੇ ਪ੍ਰੋਪਰ ਗ੍ਰਾਮਾਤਿਕਾ ਕਰਾਈ ਜਾਊਗੀ ਬੇਸਿਕ ਤੋਂ ਸਾਰਾ ਐਡਵਾਂਸ ਤੱਕ ਸਭ ਕਰਾਇਆ ਜਾਊਗਾ ਓਕੇ ਜੀ ਅਗਰ ਤੁਸੀਂ ਇੰਟਰਸਟਿਡ ਹੈਗੇ ਹੋ ਸੋ ਅੱਜ ਤੋਂ ਮੈਂ ਫੇਰ ਮੈਂਸ਼ਨ ਕਰਦਾ ਅੱਜ ਹੈਗੀ ਹੈ ਜੀ 10 ਸੈਪਟੈਂਬਰ ਸੋ ਅਸ ਤੋਂ ਰਜਿਸਟ੍ਰੇਸ਼ਨ ਜਿਹੜੀ ਹੈਗੀਆਂ ਸ਼ੁਰੂ ਹੋ ਰਹੀਆਂ ਨੇ ਸੋ ਤੁਸੀਂ ਆਪਣਾ ਨਾਮ ਲਿਖਾਉਣ ਵਾਸਤੇ ਓਕੇ ਜੀ ਸੋ ਮੈਨੂੰ ਇਹ ਮੇਰਾ ਨੰਬਰ ਦਿੱਤਾ ਹੋਇਆ ਮੈਂ ਇਹਦੇ ਤੇ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਸੋ ਪਲੀਜ਼ ਆਪਣਾ ਨਾਮ ਲਿਖ ਕੇ ਮੈਸੇਜ ਕਰਿਆ ਕਰੋ ਨੰਬਰ ਹੈਗਾ ਆ 3511468179 ਓਕੇ ਜੀ ਸੋ ਇਹ ਮੇਰਾ ਨੰਬਰ ਹੈਗਾ ਆ ਇਸ ਤੇ ਤੁਸੀਂ ਮੈਨੂੰ ਅੱਜ ਤੋਂ ਹੀ ਵਟਸਐਪ ਤੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਇਨਫੋਰਮੇਸ਼ਨ ਲੈਣ ਦੇ ਲਈ ਕਿ ਕਿੰਨੀ ਕਲਾਸਿਸ ਹੈਗੀਆਂ ਕਿਦਾਂ ਕਿਦਾਂ ਜੋ ਵੀ ਹੈਗਾ ਪ੍ਰੋਸੈਸ ਫਰਦਰ ਹੈਗਾ ਹਨਾ ਸੋ ਸਾਰੀ ਇਨਫੋਰਮੇਸ਼ਨ ਲੈਣ ਦੇ ਲਈ ਕਲਾਸਿਸ ਦੇ ਲਈ ਤੁਸੀਂ ਮੈਨੂੰ ਇਸ ਨੰਬਰ ਤੇ ਮੈਸੇਜ ਕਰ ਸਕਦੇ ਹੋ ਸੋ ਜੋ ਵੀ ਮੇਰੇ ਬ੍ਰਦਰ ਸਿਸਟਰ ਇਹ ਵੀਡੀਓ ਵੇਖ ਰਹੇ ਨੇ ਤੇ ਪਲੀਜ਼ ਅੱਗੇ ਤੋਂ ਅੱਗੇ ਜ਼ਰੂਰ ਸ਼ੇਅਰ ਕਰੋ ਵੀਡੀਓ ਨੂੰ ਤਾਂ ਕਿ ਜਿਹੜੇ ਹੋਰ ਜਿਹੜੇ ਫਰੈਂਡਸ ਹੈਗੀਆਂ ਦੋਸਤ ਮਿੱਤਰ ਹੈਗੇ ਆ ਜਿਹੜੇ ਇਟਾਲੀਅਨ ਸਿੱਖਣਾ ਚਾਹੁੰਦੇ ਆ ਤੇ ਉਹ ਅੱਗੇ ਤੋਂ ਅੱਗੇ ਸ਼ੇਅਰ ਕਰ ਸਕਣ ਤੇ ਜਿਹੜੇ ਆਪਣੇ ਭੈਣ ਭਰਾ ਜਿਹੜੇ ਸਿੱਖਣਾ ਚਾਹੁੰਦੇ ਆ ਉਹ ਵੀ ਸਿੱਖ ਸਕਣ ਓਕੇ ਜੀ ਆਪ ਵੀ ਸਿੱਖੋ ਤੇ ਦੂਜਿਆਂ ਦੀ ਵੀ ਮਦਦ ਕਰੋ ਸਿੱਖਣ ਦੇ ਲਈ ਥੈਂਕ ਯੂ ਸ Have a nice day.